ਸਤਿ ਸ਼੍ਰੀ ਅਕਾਲ ਸਾਥੀਓ ਸਵਾਗਤ ਕਰਦੇ ਆਂ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦਲਜੀ ਲਰਨਿੰਗ ਪੁਆਇੰਟ ਦੇ ਉੱਪਰ ਤੇ ਜਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਮੋਟੀਵੇਟ ਰੱਖਣ ਲਈ ਤੁਹਾਨੂੰ ਮੋਟੀਵੇਟ ਰੱਖਣ ਲਈ ਇੱਕ ਮੋਟੀਵੇਸ਼ਨ ਸੈਸ਼ਨ ਅਸੀਂ ਚਲਾਏ ਹੋਨੇ ਸੋ ਇਹ ਅੱਜ ਪੰਜਵਾਂ ਸੈਸ਼ਨ ਹੈ ਜੋ ਸਾਡਾ ਮੋਟੀਵੇਸ਼ਨ ਦਾ ਜਿਸ ਤੋਂ ਅਸੀਂ ਮੋਟੀਵੇਸ਼ਨ ਲੈਣੀ ਹੈ ਜਿਸ ਦੇ ਵਿੱਚ ਅਸੀਂ ਅੱਛੇ-ਅੱਛੇ ਕੋਟਸ ਜਿਹੜੇ ਨੇ ਉਹ ਪੜ੍ਹਨੇ ਨੇ ਚੰਗੀਆਂ-ਚੰਗੀਆਂ ਗੱਲਾਂ ਆਪਣੇ ਦਿਮਾਗ ਵਿੱਚ ਰੱਖਣੀਆਂ ਨੇ ਸੋ ਪਹਿਲੀ ਅੱਜ ਇਹਦਾ ਥਿੰਗਸ ਵਿੱਚ ਹਰਟ ਇਨਸਟ੍ਰਕਟ ਦਖੋ ਜਿਹੜੇ ਵੀ ਇਸ ਪਾਈ ਮਾਸਟਰ ਕੈਡਰ ਦਾ ਇਗਜ਼ਾਮ ਦੇ ਦੇ ਨੇ ਉਹ ਸਾਰੇ ਹੀ ਉਹ ਸਟੂਡੈਂਟਸ ਨੇ ਜਿਹੜੇ ਲਾਸਟ ਮਾਸਟਰ ਕੈਡਰ ਦੇ ਵਿੱਚ ਰਹੇ ਸੀ ਕੁਆਲੀਫਾਈ ਨਹੀਂ ਹੋ ਪਾਈ ਸੀ ਕਿਸੇ ਵੀ ਵਜ੍ਹਾ ਕਰਕੇ ਹੋ ਸਕਦਾ ਤੁਸੀਂ ਆਪਣਾ ਮੰਥਨ ਆਪ ਕਰ ਹੀ ਲਿਆ ਹੋਵੇ ਕਿ ਤੁਸੀਂ ਲਾਸਟ ਇਗਜ਼ਾਮ ਵਿੱਚ ਕਿਉਂ ਰਹੇ ਹੋਗੇ ਦਾ ਥਿੰਗਸ ਵਿਚ ਹਰਟ ਇਨਸਟਰਕਟ ਜਿਹੜੀ ਚੀਜ਼ ਨੇ ਤੁਹਾਨੂੰ ਹਰਟ ਕੀਤਾ ਹੋਵੇਗਾ ਜਿਵੇਂ ਲਾਸਟ ਮਾਸਟਰ ਕੈਡਰ ਨੇ ਹੋ ਸਕਦਾ ਤੁਹਾਡੀਆਂ ਭਾਵਨਾਵਾਂ ਨੂੰ ਥੋੜੀ ਜਿਹੀ ਠੇਸ ਪਹੁੰਚਾਈ ਹੋਵੇ ਤਾਂ ਇਹੀ ਚੀਜ਼ਾਂ ਹੁਣ ਤੁਹਾਨੂੰ ਮੋਟੀਵੇਟ ਕਰਕੇ ਇਨਸਟਰਕਸ਼ਨਸ ਦੇਣੀਆਂ ਕਿ ਹੁਣ ਇਹ ਵਲਾ ਕੰਮ ਐਵੇਂ ਕਰਨਾ ਸੋ ਕਈ ਵਾਰੀ ਕੁਝ ਚੀਜ਼ਾਂ ਹਰਟ ਹੋਣ ਤੋਂ ਬਾਅਦ ਵੀ ਤੁਹਾਡੇ ਲਈ ਚੰਗਾ ਫਾਇਦੇਮੰਦ ਸਾਬਤ ਹੋ ਜਾਂਦੀਆਂ ਨੇ ਸੋ ਹਮੇਸ਼ਾ ਹਰ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲਣਾ ਦ ਵਰਡਸ ਯੂ ਕੰਸਿਸਟੈਂਟਲੀ ਸਿਲੈਕਟ ਵਿਲ ਸ਼ੇਪ ਯੂਰ ਡੈਸਟੀਨਿ ਦੇਖੋ ਮੈਂ ਹਮੇਸ਼ਾ ਤੁਹਾਨੂੰ ਪਿਛਲੀ ਵੀਡੀਓਜ਼ ਵਿੱਚ ਵੀ ਇਹੀ ਸਮਝਾਇਆ ਹੈ ਔਰ ਇਹੀ ਚੀਜ਼ ਅਸੀਂ ਸਮਝਣੀ ਹੈ ਕਿ ਅਸੀਂ ਆਪਣੇ ਮਾਈਂਡ ਨੂੰ ਇੱਕ ਕੰਸਿਸਟੈਂਟਲੀ ਕੁਝ ਵਰਡਸ ਨੇ ਜਿਨ੍ਹਾਂ ਦੇ ਸਿਗਨਲ ਦਿੰਦੇ ਹੀ ਰਹਿਣਾ ਹੈ ਕਿ ਮੈਂ ਇੰਨਾ ਰੈਂਕ ਲੈਣਾ ਹੈ ਮੈਂ ਜੋਬ ਲੈਣੀ ਹੈ ਮੈਂ ਜੋਬ ਤੇ ਬੈਠਿਆ ਹਾਂ ਜਾਂ ਮੈਂ ਜੋਬ ਤੇ ਬੈਠੀ ਹਾਂ ਇਦਾਂ ਦੀਆਂ ਚੀਜ਼ਾਂ ਹੀ ਆਪਣੇ ਮਾਈਂਡ ਨੂੰ ਸਿਗਨਲ ਦੇਣੇ ਨੇ ਔਰ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਇਸ ਤਰੀਕੇ ਨਾਲ ਕੰਸਿਸਟੈਂਟਲੀ ਆਪਣੇ ਮਾਈਂਡ ਨੂੰ ਸਿਗਨਲ ਦੇਣੇ ਸ਼ੁਰੂ ਕਰੋਗੇ ਤਾਂ ਤੁਹਾਡੀ ਡੈਸਟੀਨੀ ਜੋ ਹੈ ਉਹ ਆਟੋਮੈਟਿਕਲੀ ਉਸੇ ਹੀ ਤਰ੍ਹਾਂ ਦੇ ਸ਼ੇਪ ਹੋਣੀ ਸ਼ੁਰੂ ਹੋ ਜੇਗੀ ਇਹ ਚੀਜ਼ਾਂ ਵਰਕ ਕਰਦੀਆਂ ਨੇ ਔਰ ਬਿਲਕੁਲ ਪ੍ਰੈਕਟੀਕਲੀ ਨੇ ਇਹ ਸਾਨੂੰ ਦੱਸਦੇ ਨੇ ਐਂਥਨੀ ਰੋਬਿਨਸ ਉਸਮੇ ਦੇ ਚੂਜ਼ ਵਰਡਸ ਦੈਟ ਵਿਲ ਪੁਆਇੰਟ ਯੂ ਇਨ ਦਾ ਡਾਇਰੈਕਸ਼ਨ ਆਫ ਯੂਰ ਗੋਲਸ ਕਿ ਹਮੇਸ਼ਾ ਉਹ ਵਰਡਸ ਸੁਣੋ ਯਾਨੀ ਕਿ ਤੁਸੀਂ ਇਦਾਂ ਦਾ ਕੋਈ ਵਰਡ ਨਾ ਚੁਣੋ ਕਿ ਦਿਨ ਥੋੜੇ ਦੇ ਇਹ ਨਹੀਂ ਹੋ ਸਕਦਾ ਤੁਸੀਂ ਹਮੇਸ਼ਾ ਇਹ ਕਰੋ ਕਿ ਸ਼ੁਕਰ ਹੈ ਕਿ ਪੇਪਰ ਨੇੜੇ ਆ ਗਿਆ ਪਿਛਲੀ ਵਾਰ ਰਹਿ ਗਈ ਸੀ ਇਸ ਵਰਜੋਬ ਲੈ ਲੈਣੀ ਆ ਜੋ ਵਰਡਸ ਦੈਟ ਵਿਲ ਪੁਆਇੰਟ ਯੂ ਇਨ ਦਾ ਡਾਇਰੈਕਸ਼ਨ ਆਫ ਯਰ ਗੂਲਸ ਹਮੇਸ਼ਾ ਉਹੋ ਜਿਹੇ ਵਰਡਸ ਚੱਕੋ ਜੋ ਤੁਹਾਨੂੰ ਤੁਹਾਡੇ ਗੋਲ ਦੇ ਵੱਲ ਲੈ ਕੇ ਜਾਂਦੇ ਹੋਣ ਇਹੋ ਜਿਹੇ ਵਰਡ ਯੂਜ਼ ਨਹੀਂ ਕਰਨੇ ਇਹੋ ਜਿਹੇ ਵਰਡ ਪਿਕ ਅਪ ਨਹੀਂ ਕਰਨੇ ਜਿਹੜੇ ਤੁਹਾਨੂੰ ਤੁਹਾਡੇ ਗੋਲ ਤੋਂ ਦੂਰ ਲੈ ਜਾਣ ਜੈਫ ਕੈਲਰ ਕਹਿੰਦੇ ਨੇ ਠੀਕ ਹੈ ਜੀ ਸੋ ਇਹਦੇ ਨਾਲ ਆਪਾਂ ਅੱਜ ਦੀ ਵੀਡੀਓ ਜਿਹੜੀ ਉਸਮਾਪਤ ਕਰਦੇ ਆਂ ਸੋ ਮਿਲਦੇ ਆਂ ਆਪਾਂ ਕਿਸੇ ਖਾਸ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਤੁਹਾਡੇ ਪੇਸ਼ੈਂਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਉਮੀਦ ਕਰਦੇ ਹਾਂ ਇਹ ਸੈਸ਼ਨ ਤੁਹਾਨੂੰ ਚੰਗੇ ਲੱਗਦੇ ਹੋਣਗੇ ਜੇ ਚੰਗੇ ਲੱਗਦੇ ਨੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਿਆ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ